ਪ੍ਰਦੀਪ ਜੀ ਇੱਥੇ ਇੱਕ ਮੈਂ ਗੱਲ ਤੁਹਾਡੇ ਤੋਂ ਪੁੱਛਣੀ ਚਾਹਾਂਗਾ ਜੋ ਕਿ ਅੱਜ ਪੰਜਾਬ ਦੀ ਰਾਜਨੀਤੀ ਦਾ ਖਾਸ ਕਰਕੇ ਪੰਥਕ ਰਾਜਨੀਤੀ ਵਿੱਚ ਇੱਕ ਬਹੁਤ ਵੱਡਾ ਵਿਸ਼ਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੇ ਪਿੱਛੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸਦਿਆ। ਹੁਣ ਤੁਹਾਨੂੰ ਯਾਦ ਹੋਵੇਗਾ 2007 ਦਾ ਪੁਸ਼ਾਕ ਇੱਕ ਮਾਮਲਾ ਹੋਇਆ ਸੀਗਾ ਜਿਸ ਵਿੱਚ ਗੁਰਮੀਤ RAM ਰਹੀਮ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾ ਕੇ ਕਲਗੀ ਲਗਾ ਕੇ ਤੇ 47 ਕਮਾਂਡਮੈਂਟਸ ਦਿੱਤੀਆਂ। ਜਾਮੇਨ ਸਾ ਸਦਾ ਸੰਚਾਰ ਅੰਮ੍ਰਿਤ ਸੰਚਾਰ ਦੀ ਉਹ ਨਕਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਇੱਕ ਮੁਕਦਮਾ ਦਰਜ ਹੋਇਆ ਉਹ ਮੁਕਦਮਾ ਖਾਰਜ ਹੋਇਆ ਸਭ ਕੁਝ ਹੋਇਆ ਉਸ ਤੋਂ ਬਾਅਦ ਇੱਕ ਮਾਫੀ ਦਿੱਤੀ ਗਈ ਸੀ ਮੈਂ ਜਾਨਣਾ ਚਾਹਾਂਗਾ ਕਿਉਂਕਿ ਜਦੋਂ ਇਹ ਮਾਫੀ ਦੀ ਪ੍ਰਕਿਰਿਆ ਚੱਲਦੀ ਪਈ ਸੀ ਇਹ ਮਾਫੀ 2015 ਚ ਦਿੱਤੀ ਜਾਂਦੀ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ 24 ਸਤੰਬਰ 2015 ਕਿਉਂਕਿ ਇੱਕ ਪੋਸਟਰ ਕਾਂਡ ਹੋਇਆ ਸੀਗਾ ਇਹ ਬੁਰਗਾੜੀ ਤੇ ਬੁਰਜਵਾਰ ਸਿੰਘ ਵਾਲਾ ਉਸੇ ਦਿਨ ਮਾਫੀ ਦਿੱਤੀ ਗਈ ਤੇ ਸ਼ਾਮੀ ਪੋਸਟਰ ਲੱਗੇ ਸੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਕਿ 2015 ਸਤੰਬਰ 2015 ਜਦੋਂ ਮਾਫੀ ਦਿੱਤੀ ਜਾਂਦੀ ਹੈ ਗੁਰਮੀਤ ਰਾਮ ਰਹੀਮ ਨੂੰ ਇਹ ਮਾਫੀ ਦਵਾਣਾ ਤੁਹਾਡੇ ਡੋਮੇਨ ਚਾਹੁੰਦਾ ਸੀ ਤੁਹਾਨੂੰ ਇਸ ਬਾਰੇ ਕੀ ਜਾਣਕਾਰੀ ਹੈ ਸੇ ਅਕਾਲ ਤੱਕ ਸਾਹਿਬ ਤੋਂ ਕਿਉਂਕਿ ਮਾਫੀ ਦਾ ਬੜਾ ਵੱਡਾ ਵਿਸ਼ਾ ਹੈ ਉਸ ਉੱਤੇ ਸਪਸ਼ਟੀਕਰਨ ਵੀ ਅਕਾਲ ਤੱਕ ਸਾਹਿਬ ਵੱਲੋਂ ਮੰਗਿਆ ਗਿਆ ਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਤੁਸੀਂ ਇਸ ਬਾਰੇ ਕੁਝ ਜਾਣਦੇ ਹੋ ਜਿਹੜਾ ਇਹ ਮਾਫੀ ਵਾਲਾ ਪੂਰਾ ਪ੍ਰਕਰਨ ਹੈਗਾ ਜੀ ਇਹ ਪੂਰੇ ਪ੍ਰਕਰਨ ਦਾ ਮੈਨੂੰ ਬਿਲਕੁਲ ਮੈਂ ਜਿਵੇਂ ਇੱਕ ਤਰ੍ਹਾਂ ਦਾ ਕਹ ਲਿਆ ਵੀ ਆਈ ਵਿਟਨੈਸ ਹੈਗਾ ਇਹ ਪੂਰਾ ਪ੍ਰਕਰਨ ਮੇਰੇ ਸਾਹਮਣੇ ਹੋਇਆ ਹੈ ਪੂਰਾ ਜਿੰਨਾ ਵੀ ਇਹ ਮਾਫੀਨਾਮੇ ਵਾਲਾ ਹੈਗਾ ਚੈਪਟਰ ਇਹ ਮੈਨੂੰ A to Z ਪਤਾ ਹੈ। ਕਿ ਕਿਵੇਂ ਸਟਾਰਟ ਹੋਇਆ ਕੀ ਗੱਲ ਹੋਈ ਉਹ ਨਾ ਸਾਰਾ ਸਾਰੀਆਂ ਗੱਲਾਂ ਬਾਰੇ ਮੈਨੂੰ ਪਤਾ ਹੈਗਾ। ਕਿਉਂਕਿ ਪ੍ਰਦੀਪ ਜੀ ਜੇ ਤੁਸੀਂ ਮੇਰੀ ਬੇਨਤੀ ਹੈ ਕਿ ਤੁਸੀਂ ਸਾਡੇ ਕਿਉਂਕਿ ਤੁਸੀਂ ਬਹੁਤ ਵੱਡਾ ਸਟੈਪ ਚੁੱਕਿਆ ਹੈ ਤੇ ਮੈਂ ਚਾਹਾਂਗਾ ਕਿ ਇਹ ਮਾਮਲਾ ਕਿਉਂਕਿ ਪੰਥਕ ਹਲਕਿਆਂ ਦੇ ਵਿੱਚ ਬਹੁਤ ਸੰਸੇ ਹੈ ਇਸ ਬਾਰੇ। ਕਈ ਕਿਸਮ ਦੇ ਇਲਜ਼ਾਮ ਤੋਹਮਤਾਂ ਲੱਗਦੀਆਂ ਨੇ। ਜੇ ਮੈਂ ਚਾਹਾਂ ਕਿ ਤੁਸੀਂ ਕਮਾਂਦਾਰੀ ਦੇ ਨਾਤੇ ਤੁਸੀਂ ਕੁਝ ਜੇ ਦੱਸ ਸਕੋ ਤੇ ਸੱਚਾਈ ਦੱਸਿਓ। ਮੈਨੂੰ ਨਹੀਂ ਚੰਗਾ ਕਿ ਪਰ ਸਨਸਨੀ ਫੈਲਾਈਏ ਲੇਕਿਨ ਜੇ ਚਾਹਾਂਗੇ ਜੀ ਤੁਸੀਂ ਸੱਚਾਈ ਦਾ ਬੀੜਾ ਚੁੱਕਿਆ ਹੀ ਹੈ ਤਾਂ ਤੁਸੀਂ ਸੱਚ ਦੱਸੋ ਹੋਇਆ ਕੀ ਸੀ ਕਿਉਂਕਿ ਤੁਸੀਂ ਪੋਲਿਟੀਕਲ ਕਮੇਟੀ ਸੀ ਤੁਸੀਂ ਤੁਹਾਡੇ ਮਾਫੀ ਦਵਾਨ ਚ ਕੋਈ ਭੂਮਿਕਾ ਆਪਣੀ ਸੀ ਤੁਸੀਂ ਇਹ ਸਾਰੀ ਚੀਜ਼ਾਂ ਵੇਖ ਰਹੇ ਸੀ ਹੋ ਕੀ ਰਿਹਾ ਸੀ ਕਿਹਦੇ ਵੱਲੋਂ ਆਫਰ ਆਈ ਮਾਫੀ ਮੰਗੀ ਗਈ ਨਹੀਂ ਮੰਗੀ ਗਈ ਉਹਦੇ ਬਾਰੇ ਥੋੜਾ ਜਿਹਾ ਵੇਰਵਾ ਜੇ ਹੋ ਸਕੇ ਤਾਂ ਸਾਡੇ ਨਾਲ ਸਾਂਝਾ ਜ਼ਰੂਰ ਕਰੋ ਦੇਖੋ ਇਸ ਤਰ੍ਹਾਂ ਰਿਤੇਜ ਜੀ ਜਦੋਂ ਮੈਂ ਦੱਸਣੀ ਲੱਗਿਆ ਤਾਂ ਮੈਂ ਸੱਚੀ ਦੱਸੂਗਾ ਸੰਸਨੀ ਦਾ ਮੈਨੂੰ ਨਾ ਤਾਂ ਮੈਂ ਪਹਿਲਾਂ ਕਦੇ ਮੀਡੀਆ 'ਚ ਜਿਆਦਾ ਕੋਈ ਕਦੇ ਆਇਆ ਹੈਗਾ ਆਹ ਪੋਲਿਟੀਕਲ ਵਿੰਗ ਦਾ ਜਦੋਂ ਕੋਈ ਫੈਸਲੇ ਹੁੰਦੇ ਸੀ ਉਦੋਂ ਕੋਈ ਸਟੇਟਮੈਂਟ ਦੇ ਦਿੰਦੇ ਸੀ ਪਰ ਜਿਆਦਾ ਮੀਡੀਆ ਦੇ ਵਿੱਚ ਆਪਾਂ ਨੂੰ ਕੋਈ ਜਿਆਦਾ ਇੰਟਰਸਟ ਵੀ ਨਹੀਂ ਤੇ ਇਸ ਕਰਕੇ ਮੈਂ ਤਾਂ ਜਿਹੜੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਜੀਵਨ ਦਿੱਤਾ ਹੈ ਸ੍ਰੀ ਰਾਮ ਜੀ ਨੇ ਜੀਵਨ ਦਿੱਤਾ ਹੈ ਇਸ ਕਰਕੇ ਮੈਂ ਜੋ ਵੀ ਦੱਸੂਗਾ ਸੱਚ ਦੱਸੂਗਾ ਜਿੰਨਾ ਮੈਨੂੰ ਪਤਾ ਹੈ ਜੋ ਮੇਰੇ ਅੱਖਾਂ ਦੇ ਸਾਹਮਣੇ ਹੋਇਆ ਕਿਉਂਕਿ ਬਾਬਾ ਰਾਮ ਰਹੀਮ ਵੀ ਚਾਹੁੰਦਾ ਸੀ ਵੀ ਮੈਂ ਮੰਨ ਲਓ ਕਿਉਂਕਿ ਫਿਲਮ ਮੇਨ ਜਿਹੜਾ ਮੁੱਦਾ ਸੀਗਾ ਕਿਉਂਕਿ ਪਹਿਲਾਂ ਬਾਬਾ ਰਾਮ ਰਹੀਮ ਦੇ ਪ੍ਰੋਗਰਾਮ ਬੰਦ ਹੋ ਗਏ ਸੀ 2007 ਤੋਂ ਬਾਅਦ ਪੰਜਾਬ ਦੇ ਵਿੱਚ ਆਣਾ ਜਾਣਾ ਉਸ ਤੋਂ ਬਾਅਦ ਬਾਬਾ ਰਾਮ ਰਹੀਮ ਵੀ ਚਾਹ ਰਾ ਸੀ ਵੀ ਮੇਰੇ ਪ੍ਰੋਗਰਾਮ ਹੋਣ ਫਿਰ ਜਦੋਂ ਮੂਵੀ ਲੱਗਣ ਲੱਗੀ ਤਾਂ ਪਹਿਲੀ ਮੂਵੀ ਤੁਹਾਨੂੰ ਯਾਦ ਹੋਊਗਾ ਰਤੇਜ ਜੀ ਪਹਿਲੀ ਮੂਵੀ ਪੰਜਾਬ 'ਚ ਲੱਗੀ ਨਹੀਂ ਪਹਿਲੀ ਮੂਵੀ ਬੰਦ ਕਰਤੀ ਮਤਲਬ ਪੰਜਾਬ 'ਚ ਲੱਗਣ ਨਹੀਂ ਦਿੱਤੀ ਇਸ ਕਰਕੇ ਮੰਨ ਲਓ ਬਾਬਾ ਰਾਮ ਰੇਮ ਕਹਿੰਦਾ ਵੀ ਮੇਰੀ ਮੂਵੀ ਕਿਉਂ ਨਹੀਂ ਚੱਲ ਰਹੀ ਮੈਂ ਉੱਥੇ ਪ੍ਰੋਗਰਾਮ ਕਰਨ ਜਾਣਾ ਹੈ ਮੂਵੀ ਵਾਸਤੇ ਜਿਵੇਂ ਪ੍ਰੋਮੋਸ਼ਨ ਵਾਸਤੇ ਥਾਂ-ਥਾਂ ਕਈ ਸਟੇਟਾਂ ਜਾਂਦਾ ਸੀ ਬਾਬਾ ਰਾਮ ਰੇਮ ਉਵੇਂ ਉਹਨੇ ਕਿਹਾ ਵੀ ਮੈਂ ਪੰਜਾਬ ਚ ਹੀ ਜਾਣਾ ਤੇ ਇਸ ਕਰਕੇ ਉਹ ਕਹਿੰਦਾ ਵੀ ਤੁਸੀਂ ਗੱਲ ਕਰੋ ਸੁਖਵੀਰ ਬਾਦਲ ਨਾਲ ਜਾ ਕੇ ਗੱਲ ਕਰੋ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਉਹਨੂੰ ਕਹੋ ਜਾ ਕੇ ਵੀ ਜੇ ਵੋਟਾਂ ਚ ਸਾਡਾ ਫਾਇਦਾ ਲੈਣਾ ਹੈ ਅੱਗੇ ਤਾਂ ਤੈਨੂੰ 12 ਚ ਅਸੀਂ ਜਿਤਾਇਆ ਅੱਗੇ ਵੀ ਅਸੀਂ ਜਿਤਾਵਾਂਗੇ ਪਹਿਲਾਂ ਵੀ ਜਿਤਾਇਆ ਬਿੱਬਾ ਜੀ ਦੀ ਵੀ ਮਦਦ ਕਰੀ ਹੈ ਸਾਰੇ ਇਲੈਕਸ਼ਨਾਂ ਚ वैसे भी सर 12sta ऑल ओवर पंजाब की मदद करी थी बी ओनु जाके कहो बी क्यों नहीं ਸਾਡਾ ਇਹ ਕੰਮ ਕਰਾਵੇ ਇਹ ਹੱਲ ਕਰੇ ਸਾਡਾ ਕਿਉਂ ਨਹੀਂ ਕਰਦਾ ਵੀ ਜਦੋਂ ਇਹ ਅਸੀਂ ਉਹਦੀ ਮਦਦ ਕਰ ਰਹੇ ਹਾਂ ਉਹ ਸਾਡੀ ਮਦਦ ਕਰੇ ਗੁਰਮੀਤ RAM ਰਹੀਮ ਨੇ ਇਹ ਗੁਰਮੀਤ RAM ਰਹੀਮ ਨੇ ਤੁਹਾਨੂੰ ਕਿਹਾ ਹੈ ਹਾਂ ਮੈਂ ਮੈਸੀ ਹਰਸ ਤੁਰੀ ਸੀ ਹਰਸ ਤੁਰੀ ਜਿਹੜਾ ਇਸ ਮਾਮਲੇ 'ਚ ਹੈਗਾ ਉਹ ਵੀ ਪੋਲਿਟੀਕਲ ਵਿੰਗ ਦਾ ਮੈਂਬਰ ਹੁੰਦਾ ਸੀ ਨੈਸ਼ਨਲ ਕਮੇਟੀ ਦਾ ਉਹ ਬੇਸਿਕਲੀ ਪੰਜਾਬ ਜ਼ਿਆਦਾ ਦੇਖਦਾ ਸੀ ਤੇ ਉਹ ਇਸ ਕਰਕੇ ਮੰਨ ਲਓ ਹਰਸਤੂ ਰੀਨੂ ਤੇ ਮੈਨੂੰ ਕਿਹਾ ਵੀ ਤੁਸੀਂ ਜਾ ਕੇ ਸੁਖਵੀਰ ਨੂੰ ਮਿਲੋ ਤੇ ਕੀਨਾ ਆਪਣਾ ਨਾਲ ਹੀ ਹਨੀ ਪ੍ਰੀਤਵੀ ਬੈਠੀ ਸੀ ਉਹਨੇ ਵੀ ਕਿਹਾ ਵੀ ਜਾ ਕੇ ਮਿਲੋ ਉਹਨੂੰ ਆਪਣੀ ਫਿਲਮ ਨਹੀਂ ਚੱਲ ਰਹੀ ਆਪਾਂ ਤਾਂ ਇੰਨਾ ਲੋ ਫੋੜਿਆ ਵੀ ਘਟੋ ਘਟ 100 200 ਕਰੋੜ ਦਾ ਬਿਜ਼ਨਸ ਆਊਗਾ ਉਥੋਂ ਹਨੀ ਪ੍ਰੀਤ ਕਹਿਣ ਲੱਗੀ ਤੇ ਰਾਮ ਰੇਂਭੀ ਕਹਿੰਦਾ ਵੀ ਹਾਂ ਵੀ ਕਿਉਂ ਨਹੀਂ ਤੁਸੀਂ ਗੱਲ ਕਰੋ ਜਾ ਕੇ ਸੁਖਵੀਰ ਨਾਲ ਉਹਨੇ ਕਈ ਵਾਰੀ ਸਾਨੂੰ ਕਿਹਾ ਫੇਰ ਅਸੀਂ ਸੁਖਵੀਰ ਨੂੰ 12 ਸਫਦਰਜੰਗ ਜਿਹੜੀ ਕੋਠੀ ਹੁੰਦੀ ਸੀ ਨਾ ਪਹਿਲਾਂ ਆਪਣੇ ਹਰ ਸਿਮਰਤ ਬਾਦਲ ਦੀ ਹਮ ਹੂੰ ਉੱਥੇ ਸੁਖਵੀਰ ਜੀ ਮਿਲਦੇ ਹੁੰਦੇ ਸੀ ਸੈਟਰਡੇ ਸੈਟਰਡੇ ਸੰਡੇ ਵੇ ਜ਼ਿਆਦਾਤਰ ਤੁਹਾਨੂੰ ਪਤਾ ਹੀ ਹੋਊਗਾ ਉੱਥੇ ਅਸੀਂ ਮਿਲਿਆ ਕੇ ਬਾਦਲ ਸਾਹਿਬ ਨੂੰ ਸੁਖਵੀਰ ਬਾਦਲ ਨੂੰ ਇਹ ਕਿਹੜੇ ਸੰਨ ਦੀ ਗੱਲ ਹੋਏਗੀ ਜੇ ਤੂੰ ਸੰਤ ਯਾਦ ਕਰ ਸਕਦਾ ਕਹਿੰਨੇ ਰਿਕਾਲ ਕਿਹੜਾ ਸੰਨ ਹੋਊਗਾ 1515 ਇਹ ਇਹ ਉਸ ਵਕਤ ਦੀ ਗੱਲ ਹੈ ਜਦੋਂ ਦੂਸਰੀ ਫਿਲਮ ਰਿਲੀਜ਼ ਹੋਣੀ ਸੀ ਐਮਐਸਜੀ 2 ਉਸ ਤੋਂ ਪਹਿਲਾਂ ਇਹ ਰਿਲੀਜ਼ ਹੋਣ ਤੋਂ ਪਹਿਲਾਂ ਇਹ ਮੇਬੀ ਜੁਲਾਈ ਦੇ ਨੇੜੇ ਤੇੜੇ ਜੀ ਜੁਲਾਈ ਹਾਂ ਜੁਲਾਈ ਅਗਸਤ ਦੇ ਨੇੜੇ ਤੇੜੇ ਦੀ ਗੱਲ ਹੈ ਉਦੋਂ ਦੀ ਗੱਲ ਹੈ ਜਦੋਂ ਇਹ ਗੱਲ ਹੋਈ ਤਾਂ ਅਸੀਂ ਜਾ ਕੇ ਸੁਖਵੀਰ ਨੂੰ ਰੂਟੀਨ ਤੇ ਮਿਲਦੇ ਹੀ ਸੀ ਉੱਥੇ ਦਿੱਲੀ 12 ਸਬਦਰਜੰਗ ਰੋਡ ਤੇ ਉੱਥੇ ਜਾ ਕੇ ਅਸੀਂ ਮਿਲੇ ਤਾਂ ਸੁਖਵੀਰ ਨਾਲ ਗੱਲ ਕਰੀ ਸੁਖਵੀਰ ਕਹਿੰਦਾ ਯਾਰ ਮੈਂ ਤਾਂ ਪਹਿਲਾਂ ਵੀ ਕਈ ਵਾਰ ਕਿਹਾ ਜਦੋਂ ਮੈਂ ਬਾਬੇ ਨੂੰ ਮਿਲਣ ਗਿਆ ਸੀ 2012 ਇਲੈਕਸ਼ਨਾਂ ਵੇਲੇ ਸੁਖਵੀਰ ਮਲੋ ਲੁੱਕ ਕੇ ਬਾਬੇ ਨੂੰ ਮਿਲ ਕੇ ਗਿਆ ਸੀ ਆ ਕੇ ਇਹ 2012 ਦੀ ਗੱਲ ਤੁਸੀਂ ਕਰ ਰਹੇ ਹੋ ਸੁਖਵੀਰ ਬਾਦਲ 2012 ਦੇ ਜਿਹੜੇ ਇਲੈਕਸ਼ਨ ਹੋਏ ਸੀ ਉਹਨਾਂ ਤੋਂ ਪਹਿਲਾਂ ਬਾਬਾ ਰਾਮ ਰਹੀਮ ਨੂੰ ਲੁੱਕ ਕੇ ਕੱਲਾ ਗੱਡੀ ਚ ਆਇਆ ਸੀ ਨਾਲ ਇੱਕ ਹੋਰ ਬੰਦਾ ਸੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਮੀਟਿੰਗ ਹੋਈ ਇਹ ਇਹ ਸਰਸੇ ਡੇਰੇ ਦੇ ਵਿੱਚ ਬਿਲਕੁਲ ਜਿਹੜਾ ਡੇਰੇ ਬਾਬੇ ਦੀ ਜਿਹੜਾ ਤੁਸੀਂ ਇਹ ਗੱਲ ਇਹ ਗੱਲ ਕੋਈ ਕਹੀ ਸੁਣੀ ਗੱਲ ਹੈ ਜਾਂ ਤੁਸੀਂ ਇਸ ਚੀਜ਼ ਨੂੰ ਪੱਕੇ ਤਰੀਕੇ ਨਾਲ ਕਹਿ ਸਕਦੇ ਹੋ ਪੱਕੇ ਤਰੀਕੇ ਮੈਂ ਅੱਖੀ ਦੇਖਿਆ ਉਹਨਾਂ ਨੂੰ ਆਂਦੇ ਤੁਸੀਂ ਉੱਥੇ ਸੀ ਮੈਂ ਉੱਥੇ ਹੀ ਸੀ ਮੈਂ ਬਾਹਰ ਸੀਗਾ ਗੇਟ ਤੇ ਜਿੱਥੋਂ ਉਹਦੀ ਗੱਡੀ ਨੰਗੀ ਮੈਂ ਗੱਡੀ ਵੀ ਦੱਸ ਸਕਦਾ ਉਹ Swift ਗੱਡੀ 'ਚ ਬੈਠ ਕੇ ਆਏ ਸੀ Swift ਗੱਡੀ 'ਚ Swift ਗੱਡੀ 'ਚ ਕੱਲੇ ਸੀਗੇ ਨਾਲ ਉਹਨਾਂ ਦੇ ਸੀਗਾ ਮੈਂ ਕੀ ਨਾ ਆਪਣਾ ਜਿਹੜਾ ਆਪਣਾ ਹੰਡਿਆਏ ਵਾਲਾ ਲੱਖੀ ਹੂੰ ਲੱਖੀ ਹੰਡਾਇਆ ਉਹਨਾਂ ਦਾ ਕੋਈ ਬਸ ਤਾਂ ਦਾ ਕੰਮ ਦੇਖਦਾ ਜਿਹੜਾ ਉਹ ਨਾਲ ਸੀਗਾ ਅੱਛਾ ਹਾਂਜੀ ਹਾਂਜੀ 12 ਹਾਲਾਂਕਿ ਵੈਸੇ ਤਾਂ ਅਕਾਲ ਤਖਤ ਵੱਲੋਂ ਫਰਮਾਨ جاری ਹੋ ਗਿਆ ਸੀ ਸਿੱਖਾਂ ਨੂੰ ਵੀ ਬਾਬੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਪਰ ਸੁਖਵੀਰ ਬਾਦਲ ਆਪ 2012 ਦੇ ਵਿੱਚ ਮਿਲ ਕੇ ਗਏ ਇਲੈਕਸ਼ਨ ਤੋਂ ਪਹਿਲਾਂ ਹਾਲਾਂਕਿ ਵੈਸੇ ਤਾਂ ਦੇਖਿਆ ਜਾਏ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਅਕਾਲ ਤਖਤ ਨੇ ਕਿ ਮਲੋ ਬਾਬੇ ਨੂੰ ਠੇਕਿਆ ਹੋਵੇ ਤੇ ਫਿਰ ਅਕਾਲ ਅਕਾਲੀ ਦਲ ਦਾ ਪ੍ਰਧਾਨ ਉੱਥੇ ਜਾ ਕੇ ਵੋਟਾਂ ਮੰਗਣ ਜਾਵੇ ਆਪ ਹੂੰ ਉਸ ਤੋਂ ਬਾਅਦ 15 ਦੇ ਵਿੱਚ ਚਲੋ ਇਹ ਗੱਲ ਪੁਰਾਣੀ ਚਲੋ ਪਰਾਂ ਰਹਿ ਗਈ ਮੇਨ ਜਿਹੜਾ ਟੋਪਿਕ ਸੀਗਾ ਮਾਫੀਨਾਮੇ ਵਾਲਾ ਆ 12 ਸਫਦਰਜੰਗ ਤੇ ਤੁਸੀਂ ਮਿਲੇ 2015 ਦੇ ਤੁਸੀਂ ਤੁਸੀਂ ਕਹੇ ਸੀ ਨਾਲ ਕੌਣ ਸੀ ਤੁਹਾਡੇ ਹਰਸ਼ ਤੁਰੀ ਹਰਸ਼ ਤੁਰੀ ਅੱਛਾ ਕੀ ਮੁਲਾਕਾਤ ਹੋਈ ਫਿਰ ਉੱਥੇ ਉੱਥੇ ਅਸੀਂ ਜਦੋਂ ਸੁਖਵੀਰ ਜੀ ਸੀਗੇ ਅੰਦਰ ਆਫਿਸ ਦੇ ਵਿੱਚ ਅਸੀਂ ਮਿਲੇ ਉਹ ਕਹਿੰਦੇ ਵੀ ਇਸ ਤਰ੍ਹਾਂ ਮਾਜੀ ਉਹ ਸਾਡੀ ਫਿਲਮਾਂ ਦਾ ਵੀ ਚਲਵਾਓ ਉਹ ਕਹਿੰਦੇ ਵੀ ਤੁਸੀਂ ਉਹ ਜਿਹੜਾ ਮਾਫੀਨਾਮਾ ਹੈਗਾ ਮਾਫੀਨਾਮਾ ਕਰਵਾਓ ਉਹ ਬਾਬੇ ਨੂੰ ਕਹੋ ਵੀ ਮਾਫੀਨਾਮੇ ਵਾਸਤੇ ਵੀ ਉਹ ਮਾਫੀਨਾਮਾ ਦੇਵੇ ਮਤਲਬ ਮਾਫੀ ਮੰਗੇ ਤੇ ਉਹ ਸਾਈਨ ਕਰ ਦੇਣ ਤੇ ਉਹ ਕਹਿੰਦੇ ਵੀ ਵੀ ਫਿਰ ਮੈਂ ਇਹ ਕਰਵਾ ਸਕਦਾ ਸੁਖਵੀਰ ਨੇ ਇਥੋਂ ਦਾ ਕਿਹਾ ਵੀ ਮਾਜੀ ਫਿਰ ਹੋ ਜੂਗਾ ਉਹ ਕਹਿੰਦਾ ਯਾਰ ਜਦੋਂ ਜਿਵੇਂ ਤੁਹਾਡੇ ਸਿਸਟਮ ਦਾ ਉਹ ਬਾਬਾ ਹੈਗਾ ਇੱਧਰ ਸਾਰੇ ਸਿਸਟਮ ਦਾ ਮੈਂ ਬਾਬਾ ਸੁਵੀਰ ਨੇ ਹਿੱਕ ਤੇ ਹੱਥ ਹੱਥ ਮਾਰ ਕੇ ਮੇਰੇ ਅੱਜ ਵੀ ਯਾਦ ਹੈ ਲੱਖੀ ਜੀ ਉਹ ਕਹਿੰਦਾ ਉੱਧਰਲੇ ਸਿਸਟਮ ਦਾ ਥੋੜਾ ਬਾਬਾ ਹੈਗਾ ਇੱਧਰਲੇ ਸਿਸਟਮ ਦਾ ਮੈਂ ਬਾਬਾ ਵੀ ਮੈਂ ਕਰਾ ਕੇ ਦੇਵਾਂਗਾ ਇਹ ਕੰਮ ਤੁਸੀਂ ਬਾਬੇ ਨੂੰ ਕੋਲ ਜਾ ਕੇ ਵੀ ਇਹ ਮੰਨ ਲਓ ਜਿਹੜਾ ਮਾਫੀ ਨਾਮਾ ਹੈਗਾ ਜੋ ਵੀ ਤੁਸੀਂ ਸਪਸ਼ਟੀਕਰਨ ਉਹ ਦਿਓ ਅੱਗੇ ਅਗਲਾ ਕੰਮ ਮੇਰਾ ਹੈ ਅੱਛਾ ਇੱਥੇ ਇਹ ਦੱਸੋ ਵੀ ਜਦੋਂ ਤੁਸੀਂ ਮਿਲਣ ਜਾਂਦੇ ਹੋ ਤੇ ਸਪੈਸੀਫਿਕਲੀ ਮਸਲਾ ਇਹ ਸੀ ਵੀ ਐਮ ਐਸ ਜੀ 2 ਜਾਂ ਜਿਹੜੀ ਫਿਲਮ ਸੀ ਉਹਨੂੰ ਰੀਲੀਜ਼ ਕਰਾਣਾ ਸੀ ਤੇ ਕੋਈ ਮਾਫੀ ਨਾਮੇ ਦਾ ਕੋਈ ਡਰਾਫਟ ਚਰਚਾ ਦੇ ਵਿੱਚ ਸੀ ਵੀ ਕਿਸ ਚੀਜ਼ ਦੀ ਮਾਫੀ ਮਾਫੀ ਹੋਏਗੀ ਅ ਪਛਤਾਪ ਹੋਏਗਾ ਸਪਸ਼ਟੀਕਰਨ ਹੋਏਗਾ ਇਹ ਤਾਂ ਕੋਈ ਡਰਾਫਟ ਦੇ ਉੱਤੇ ਵੀ ਵਿਵਾਦ ਸੀਗਾ ਕਿ ਉਹ ਬਣਿਆ ਸੀ ਇਹ ਹਵਾ ਚ ਗੱਲ ਸੀਗੀ ਤੇ ਤੁਸੀਂ ਡਰਾਫਟ ਕੀਤਾ ਨਹੀਂ ਨਹੀਂ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਇਹ ਗੱਲ ਲੈ ਕੇ ਫਿਰ ਬਾਬਾ ਸੀਗਾ ਉਦੋਂ ਜੇ ਡਬਲਿਊ ਮੈਰੀਟ ਬੰਬੇ ਹੋਟਲ ਦੇ ਵਿੱਚ ਹੂੰ ਤੇ ਟੋਕਿਓਦੋਂ ਮੂਵੀ ਦੀ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਸੀ ਬਾਬੇ ਦੀ ਜੇਰੀ ਦੂਜੀ ਮੂਵੀ ਸੀਗੀ ਉਹਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਆ ਸੀ ਤੇ ਬਾਬਾ ਸੀਗਾ ਬੰਬੇ ਬੰਬੇ ਅਸੀਂ ਗਏ ਜੇਡਬਲਿਊ ਮੈਰੀਅਟਸ ਉੱਥੇ ਜਾ ਕੇ ਬਾਬੇ ਨੂੰ ਮਿਲੇ ਬਾਬਾ ਤੇ ਹਨੀਪ੍ਰੀਤ ਸੀਗੇ ਦੋਨੇ ਉਹਨਾਂ ਨੇ ਮੱਸੀਂ ਕਹਿ ਵੀ ਸੁਖਵੀਰ ਕਹਿ ਰਿਹਾ ਵੀ ਉਹ ਮਾਫੀ ਮਤਲਬ ਆਪਾਂ ਨੂੰ ਸਪਸ਼ਟੀਕਰਨ ਦੇਣਾ ਪਊਗਾ ਮਾਫੀ ਨਾਮੇ ਬਾਰੇ ਤੇ ਉਹ ਕਹਿਣ ਲੱਗੇ ਵੀ ਇਹ ਕਿਸ ਤਰ੍ਹਾਂ ਹੋਊ ਫਿਰ ਉਹ ਵੀ ਸਾਈਨ ਵੀ ਸਾਈਨ ਕਰਨੇ ਪੈਣਗੇ ਤੇ ਉਹ ਹਨੀਪ੍ਰੀਤ ਕਹਿਣ ਲੱਗੀ ਵੀ ਕਰ ਦੋ ਸਾਈਨ ਵਿਕਿਆਦੀ ਕਿ ਇ ਇਸ ਵਿੱਚ ਕੀ ਪ੍ਰੋਬਲਮ ਹੈ ਵੀ ਪਾਪਾ ਜੀ ਕਰ ਦੋ ਸਾਈਨ ਇਸ ਵਿੱਚ ਤਾਂ ਕੋਈ ਦਿੱਕਤ ਨਹੀਂ ਆਪਣੀ ਫਿਲਮ ਚੱਲ ਜਾਏਗੀ 200 300 ਕਰੋੜ ਦਾ ਉहां से ਬਿਜ਼ਨਸ ਆਏਗਾ ਵੀ ਆਪਣੀ ਫਿਲਮ ਰੁਕੀ ਪਈ ਹੈ ਇੱਕ ਹਫਤੇ ਸੇ ਫਿਲਮ ਕਿਉਂਕਿ ਉਹ ਪਹਿਲੀ ਦੀ ਫਿਲਮ ਚੱਲ ਹੀ ਨਹੀਂ ਥੀ ਪਹਿਲੇ ਵਾਲੀ ਪਹਿਲਾਂ ਵਾਲੀ ਨਾ ਚੱਲਣ ਕਰਕੇ ਉਹਨਾਂ ਨੂੰ ਐਸੀ ਵੀ ਫਿਲਮ ਚੱਲੇ ਬਾਬਾ ਕਹਿਣ ਲੱਗੇ ਵੀ ਦੇਖ ਲੋ ਕਹਿੰਦੇ ਚਲੋ ਕਿਉਂਕਿ ਅਸੀਂ ਰਾਤ ਨੂੰ ਮਿਲੇ ਸੀ ਕਹਿੰਦੇ ਸਵੇਰੇ ਮਿਲਦੇ ਆ ਤੇ ਮੈਟਰ ਦਾ ਵੀ ਸੋਚਦੇ ਆ ਕੀ ਮੈਟਰ ਬਣਾਣਾ ਹੂੰ ਤੇ ਅਗਲੇ ਦਿਨ ਅਗਲੇ ਦਿਨ ਸਵੇਰੇ ਫੇਰ ਅਸੀਂ ਮਿਲੇ ਉੱਥੇ ਹੀ ਹੋਟਲ ਦੇ ਵਿੱਚ ਜੈਡਲੂ ਮਰੀਅਰਚ ਉੱਥੇ ਬਾਬਾ ਜੀ ਵੀ ਸੀ ਹਾਨੀਪ੍ਰੀਤ ਵੀ ਸੀ ਤੇ ਰਕੇਸ਼ ਡਿੜਬਾ ਜਿਹੜਾ ਬਾਬੇ ਦਾ ਪੀਏ ਹੈਗਾ ਸੀ ਉਸ ਟਾਈਮ ਤੇ ਉਹ ਰਕੇਸ਼ ਡਿੜਬਾ ਨੇ ਉਹ ਮੈਟਰ ਬਣਾ ਕੇ ਰੱਖ ਰੱਖਿਆ ਸੀ ਉਹਨੇ ਕਿਹਾ ਵੀ ਇਹ ਮੈਟਰ ਹੈਗਾ ਬਾਬਾ ਕਹਿਣ ਲੱਗੇ ਵੀ ਇਹ ਮੈਟਰ ਹੈਗਾ ਉਹ ਸਪਸ਼ਟੀਕਰਨ ਸੀ ਹੂੰ ਉਹ ਹਿੰਦੀ ਸੀ ਪੰਜਾਬੀ ਸੀ ਲੈਂਗੁਏਜ ਕੀ ਸੀ ਉਹਦੀ ਇਹ ਉਹ ਹਿੰਦੀ ਦੇ ਵਿੱਚ ਲਿਖਿਆ ਹੋਇਆ ਸੀ ਹੂੰ ਉਹ ਹਿੰਦੀ ਦੇ ਵਿੱਚ ਲਿਖਿਆ ਹੋਇਆ ਸੀ ਪੈਨ ਨਾਲ ਲਿਖਿਆ ਸੀ ਹਿੰਦੀ ਦੇ ਵਿੱਚ ਉਹ ਉਹ ਜਿਹੜਾ ਸੀਗਾ ਮਤਲਬ ਹਿੰਦੀ ਦੇ ਵਿੱਚ ਲਿਖਿਆ ਹੋਇਆ ਸੀ ਉਹ ਲੈਟਰ ਤੇ ਉਹ ਤੇ ਫਿਰ ਮਤਲਬ ਬਾਬੇ ਨੇ ਸਾਈਨ ਕਰੇ ਹੂੰ ਉਹ ਆ ਉਹਦੇ ਵਿੱਚ ਉਹ ਤੇ ਸਾਈਨ ਕਰੇ ਤੇ ਫਿਰ ਉਹ ਲੈਟਰ ਲੈ ਕੇ ਕਿਉਂਕਿ ਸੁਖਵੀਰ ਜੀ ਸੀਗੇ ਚੰਡੀਗੜ੍ਹ ਹੂੰ ਫਿਰ ਉੱਥੋਂ ਚੰਡੀਗੜ੍ਹ ਗਏ ਤੁਸੀਂ ਤੇ ਹਰਸ਼ਤੂਰੀ ਹਾਂ ਹਰਸ਼ਤੂਰੀ ਜੀ ਮੈਂ ਉਥੇ ਚੰਡੀਗੜ੍ਹ ਕੋਠੀ ਮਿਲੇ ਚੰਡੀਗੜ੍ਹ ਕੋਠੀ ਮਿਲ ਕੇ ਉਹਨਾਂ ਨੇ ਦਲਜੀਤ ਚਿਮੇ ਨੂੰ ਬੁਲਾਇਆ ਸੁਖਵੀਰ ਬਾਦਲ ਨੇ ਹੂੰ ਉਹ ਕਹਿੰਦੇ ਵੀ ਇਹ ਮਾਫੀਨਾਮਾ ਆ ਗਿਆ ਤੂੰ ਜਾ ਕੇ ਇਹਨੂੰ ਅਮਰਸਰ ਦੇ ਆ ਉਹ ਕਹਿਣ ਲੱਗੇ ਜੇ ਤਾਂ ਹਿੰਦੀ ਚ ਹੈ ਉਹ ਫਿਰ ਕਹਿੰਦੇ ਵੀ ਪੰਜਾਬੀ ਚ ਬਣਾ ਦਿਓ ਇਹਨੂੰ ਹੂੰ ਫਿਰ ਸੁਖਵੀਰ ਬਾਦਲ ਨੇ ਤੇ ਦਲਜੀਤ ਚਿਮੇ ਨੇ ਅਸੀਂ ਵੀ ਬੈਠੇ ਸੀ ਉਹਨਾਂ ਨੇ ਫਿਰ ਉਹਨੂੰ ਪੰਜਾਬੀ ਚ ਬਣਾਇਆ ਹੂੰ ਪਰ ਇਸ ਮਾਫੀਨਾਮੇ 'ਚ ਇੱਕ ਹੋਰ ਗੱਲ ਹੈ ਜਿਹੜੀ ਮੇਨ ਮੁੱਖ ਮੁੱਦਾ ਹੈਗਾ ਰਤੇਸ਼ ਜੀ ਜਿਹੜਾ ਖੇਮਾ ਦਾ ਯਾਤਕ ਸ਼ਬਦ ਲਿਖਿਆ ਹੈ ਸੈ ਤੁਹਾਡੇ ਕੋਲੇ ਜੇ ਉਹ ਹੋਵੇ ਮਾਫੀ ਨਾਮ ਦੀ ਕਾਪੀ ਉਹ ਥਾਂ ਬਾਬੇ ਨੇ ਸਾਈਨ ਕਰ ਰੱਖੇ ਸੀ ਥੱਲੇ ਵਿੱਚ ਇੱਕ ਥਾਂ ਬਚਦੀ ਸੀ ਥੋੜੀ ਜੀ ਹੂੰ ਉਹ ਵਿੱਚ ਖੇਮਾ ਦਾ ਯਾਤਕਤਾ ਇਹਨਾਂ ਨੇ ਲਿਖਿਆ ਸੁਭੀਰ ਬਾਦਲ ਤੇ ਦਲਜੀਤ ਚਿੰਮੇ ਨੇ ਲਿਖਵਾਇਆ ਅੱਛਾ ਮਤਲਬ ਬਾਬੇ ਉਹਨੇ ਨਹੀਂ ਲਿਖਿਆ ਗਿਆ ਜੀ ਕਿ ਹੁਣ ਹੁਣ ਇੱਥੇ ਕਲੀਅਰ ਕਰੀ ਕਿ ਤੁਸੀਂ ਜਦੋਂ ਬੰਬੇ ਤੋਂ ਮਾਫੀਨਾਮਾ ਜੋ ਕਿ ਹਿੰਦੀ ਚ ਲਿਖਿਆ ਹੋਇਆ ਸਾਈਨਡ ਬਾਈ ਗੁਰਮੀਤ ਰਾਮ ਰਹੀਮ ਲੈ ਕੇ ਚੱਲ ਘੜਾਉਂਦੇ ਹੋ ਸਪਸ਼ਟੀਕਰਨ ਸੀ ਨਾ ਕਿ ਮਾਫੀਨਾਮਾ ਸੀ ਠੀਕ ਹੈ ਉਹਦੇ ਚ ਖਿਮਾ ਦਾ ਯਾਚਕ ਐਡ ਕਰਾਤਾ ਜਾਂਦਾ ਉਹਦੀ ਪੰਜਾਬੀ ਜਦੋਂ ਟਰਾਂਸਲੇਸ਼ਨ ਕਰਾਈਗੀ ਉਸ ਲੈਵਲ ਦੇ ਉੱਤੇ ਰਾਈਟ ਉਸ ਲੈਵਲ ਦੇ ਉੱਤੇ ਤੇ ਸਾਈਨ ਤਾਂ ਦੁਬਾਰਾ ਨਹੀਂ ਨਾ ਕੀਤਾ ਗੁਰਮੀਤ ਰਾਮ ਰਹੀਮ ਨੇ ਉਹ ਚਿੱਠੀ ਵਾਪਸ ਤਾਂ ਜਾਣੀ ਕੋਈ ਸੀ ਉਹ ਸਕੈਨ ਕਰਤਾ ਨਾ ਉੱਪਰ ਪੰਜਾਬੀ ਓਕੇ ਹਾਂ ਜੀ ਤੋ ਖੇਮਾ ਦਾ ਯਾਤਕ ਵਿੱਚ ਮਨ ਲਓ ਤੁਹਾਨੂੰ ਵੀ ਦੇਖਣ ਨਾਲ ਪਤਾ ਵੀ ਲੱਗ ਜਾਊਗਾ ਵੀ ਖੇਮਾ ਦਾ ਯਾਤਕ ਵਿੱਚ ਮਨ ਲਓ ਜਿਵੇਂ ਆਪਾਂ ਧੱਕੇ ਨਾਲ ਨਹੀਂ ਕੋਈ ਅੱਖਰ ਨੂੰ ਵਿੱਚ ਪਾ ਦਿੰਦੇ ਐਡ ਕੀਤਾ ਗਿਆ ਐਡ ਕੀਤਾ ਗਿਆ ਐਡ ਕੀਤਾ ਗਿਆ ਹਾਂਜੀ ਹਾਂਜੀ ਠੀਕ ਹੈ ਇੱਕ ਤਰੀਕੀ ਦੀ ਉਹਦਾ ਸਕੈਨ ਤੇ ਫੋਟੋਕਾਪੀ ਕਰਕੇ ਉਹਦਾ ਉਹਦਾ ਪੰਜਾਬੀ ਅਨੁਵਾਦ ਸੀਗਾ ਉਹ ਫਾਈਨਲੀ ਫਿਰ ਉਹ ਸਬਮਿਟ ਹੋਇਆ ਜਾਂ ਉਹਨੂੰ ਦੁਬਾਰਾ ਗੁਰਮੀਤ ਰਾਮ ਰਹੀਨ ਦਿਖਾਇਆ ਗਿਆ ਨਹੀਂ 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 ਉਹ ਫਿਰ ਚੱਲ ਗਿਆ ਤੇ ਜਦੋਂ ਮਾਫੀ ਇਹ ਹੋ ਗਿਆ ਮਾਫੀ ਨਾਮਾ ਮਨ ਲਓ ਜਦੋਂ ਪੰਜ ਸਿਕ ਸਹਿਬਾ ਦਾ ਨਾਮ ਲਓ ਜੱਥੇਦਾਰ ਸਾਹਿਬ ਨੇ ਜਦੋਂ ਮਾਫੀ ਮਤਲਬ ਮaaf ਕਰਤਾ ਜਦੋਂ ਮਾਫੀਨਾਮਾ মিডিਆ ਤੇ ਆਇਆ ਜਦੋਂ ਮੰਨ ਲਓ ਇਹ ਚੀਜ਼ਾਂ ਸਾਰੀਆਂ ਆਈਆਂ ਤੇ ਫਿਰ ਬਾਬੇ ਨੂੰ ਪਤਾ ਲੱਗਿਆ ਵੀ ਖਿਮਾ ਦੇਇਆ ਚ ਲਿਖਿਆ ਹੂੰ ਹੂੰ ਫਿਰ ਬਾਬਾ ਇਸ ਚੀਜ਼ ਤੇ ਬਹੁਤ ਗੁੱਸਾ ਹੋਇਆ ਉਹ ਕਹਿੰਦਾ ਵੀ ਮੈਂ ਤਾਂ ਖਿਮਾ ਦੇਇਆ ਚ ਲਿਖੇ ਨਹੀਂ ਮੈਂ ਤਾਂ ਮਾਫੀ ਮੰਗੀ ਨਹੀਂ ਮੈਂ ਤਾਂ ਸਪਸ਼ਟੀਕਰਨ ਦਿੱਤਾ ਵੀ ਤੁਸੀਂ ਇਹ ਖਿਮਾ ਦੇਇਆ ਚ ਕਿਉਂ ਕਿਉਂ ਲਿਖਿਆ ਸੀ ਕਹੇ ਜੀ ਉਹਨਾਂ ਨੇ ਲਿਖਿਆ ਉਹ ਕਹਿੰਦੇ ਤੁਸੀਂ ਲਿਖਣ ਕਿਉਂ ਦਿੱਤਾ ਹੂੰ ਨਹੀਂ ਉਹ ਔਖੇ ਥੋੜੇ ਤੇ ਹੋਏ ਕਿਸਤੇ ਹੋਏ ਮਤਲਬ ਗੁਰਮੀਤ ਰਾਮ ਰਹੀਮ ਨੂੰ ਗੁੱਸਾ ਕਿਸਤੇ ਸੀ ਉਹ ਸਾਡੇ ਤੇ ਹੋਏ ਨਾ ਪਹਿਲਾਂ ਦਾ ਤੁਸੀਂ ਤੇ ਹਰਸਤੂਰੀ ਹਾਂ ਮੈਂ ਤੇ ਹਰਸਤੂਰੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਜਦੋਂ ਕਹੇ ਵੀ ਸੁਖਵੀਰ ਤੇ ਚਿਮੇ ਨੇ ਲਿਖਾਇਆ ਉਹ ਕਹਿੰਦੇ ਫਿਰ ਉਹ ਨਾ ਤੇ ਔਖੇ ਹੋਏ ਹੂੰ ਓਕੇ ਫਿਰ ਗੱਲ ਕਿੱਥੇ ਨਿਬੜੀ ਫਿਰ ਕਿਉਂ ਕਿ ਚਲੋ ਵੀ ਉਦੋਂ ਮਾਫੀਨਾਮਾ ਹੋ ਹੀ ਗਿਆ ਸੀ ਫਿਰ ਉਹ ਕਰ ਕੁਝ ਸਕਦੇ ਨਹੀਂ ਸੀ ਕਿਉਂਕਿ ਜਦੋਂ ਮੀਡੀਆ ਸਾਰਾ ਕੁਝ ਆ ਗਿਆ ਨਾ ਕੁਝ ਹੋ ਸਕਦਾ ਫਿਰ ਇਹ ਮਾਫੀਨਾਮਾ ਹੋਣ ਤੋਂ ਬਾਅਦ ਜਦੋਂ ਵਿਰੋਧ ਹੋਣ ਲੱਗਿਆ ਸਿੱਖ ਸੰਗਤਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਕੀ ਹੋਇਆ ਕਿ ਸੁਖਵੀਰ ਜੀ ਨੇ ਕਿਹਾ ਹਰਤੂਨੀ ਨੂੰ ਫੋਨ ਕਰਕੇ ਵੀ ਬਾਬੇ ਨੂੰ ਯਾਰ ਇੱਕ ਵਾਰੀ ਉੱਥੇ ਜਾਣਾ ਪਊਗਾ ਅਕਾਲ ਤਖਤ ਸਾਹਿਬ ਹੂੰ ਵੀ ਹਰਮੰਦਰ ਸਾਹਿਬ ਸੁ ਹਰਤੂਨੀ ਨੂੰ ਫੋਨ ਕਰਕੇ ਗਿਆ ਵੀ ਉੱਥੇ ਜਾਣਾ ਪਊਗਾ ਵੀ ਮੈਂ ਅਰੇਂਜ ਕਰ ਦੂੰਗਾ ਹੈਲੀਕਾਪਟਰ ਇੱਥੋਂ ਚਾਰਟਰ ਪਲੇਨ ਤੇ ਚਾਰਟਰ ਲੈ ਕੇ ਉੱਥੇ ਬਗ ਜਾਊਗਾ ਆਪਣਾ ਸਵੇਰੇ ਸਵੇਰੇ 3 ਵਜੇ ਸਾਰੀ ਸਿਕਿਉਰਿਟੀ ਦਾ ਮੈਂ ਅਰੇਂਜ ਕਰੂੰਗਾ ਜਦੋਂ ਬਾਬੇ ਨੂੰ ਇਹ ਗੱਲ ਦੱਸਤੀ ਵੀ ਉੱਥੇ ਜਾਣਾ ਪਊਗਾ ਜੀ ਉੱਥੇ ਮਾਫੀ ਮੰਗਣੀ ਪਊਗੀ ਜਾ ਕੇ ਬਾਬਾ ਕਹਿੰਦਾ ਵੀ ਇਹ ਤਾਂ ਨਹੀਂ ਆਪਾਂ ਕਰਨਾ ਹੂੰ ਵੀ ਇਹ ਨਹੀਂ ਕਰ ਸਕਦੇ ਆਪਾਂ ਇਹ ਮੈਂ ਨਹੀਂ ਉੱਥੇ ਜਾਊਂਗਾ ਵੀ ਮੈਂ ਨਹੀਂ ਮਾਫੀ ਮੰਗੂਗਾ ਉੱਥੇ ਜਾ ਕੇ ਵੀ ਮੈਂ ਤਾਂ ਸਪਸ਼ਟੀਕਰਨ ਦਿੱਤਾ ਮੈਂ ਮਾਫੀ ਥੋੜੇ ਮੰਗੀ ਹੈ ਹੂੰ ਵੀ ਹੁਣ ਦੇ ਤਾਂ ਦਿੱਤਾ ਫੇਰ ਜਦੋਂ ਜ਼ਿਆਦਾ ਹੀ ਮੰਨ ਲਓ ਵਧ ਗਿਆ ਫੇਰ ਕੀ ਹੋ ਗਿਆ ਉਸ ਤੋਂ ਬਾਅਦ ਫੇਰ ਇੱਕ ਲੈਟਰ ਲਿਖਿਆ ਗਿਆ ਤੁਹਾਨੂੰ ਯਾਦ ਹੋਵੇ ਖੰਡਨ ਕਰਿਆ ਗਿਆ ਸੀ ਦੁਬਾਰਾ ਫੇਰ ਬਾਬੇ ਵੱਲੋਂ अच्छा इन्होने दे, देर जी देर सच्चा सादाने खंडन ਕੀਤਾ جی ہاں 10 12 ਦਿਨ ਬਾਅਦ ਹੂੰ ਇਹ ਮਾਫੀ ਮੱਲੋ ਜਦੋਂ ਤੱਕ ਮਾਫੀ ਨਾਮਾ ਵਾਪਸ ਨਹੀਂ ਲਿਆ ਉਸ ਤੋਂ ਦੋ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਫਿਰ ਕੁਬੀਰ ਨੇ ਸਾਨੂੰ ਦਿੱਲੀ ਕੋਠੀ ਬੁਲਾਇਆ 12 ਸਬ ਦਰਜੰਗ ਤੁਨੋਂ ਤੇ ਹਰਸ਼ਤੂਰੀ ਨੂੰ ਸਾਨੂੰ ਹਾਂਜੀ ਉੱਥੇ ਫਿਰ ਅਸੀਂ ਸੀਗੇ ਉਹ ਕਹਿੰਦੇ ਵੀ ਲੈਟਰ ਲਿਖਵਾਓ ਹੂੰ ਵੀ ਤੁਸੀਂ ਖੰਡਨ ਕਰੋ ਇਸ ਚੀਜ਼ ਦਾ ਵੀ ਅਸੀਂ ਤਾਂ ਗੁਰੂ ਸਾਹਿਬ ਨੂੰ ਮੰਨਦੇ ਆ ਸਾਰਾ ਕਰਦੇ ਆ ਇਸ ਤਰੀਕੇ ਨਾਲ ਪੂਰਾ ਲਿਖੋ ਦੁਬਾਰਤੋਂ ਵੀ ਇਹ ਤਾਂ ਜਿਆਦਾ ਰੋਲਾ ਪੈ ਗਿਆ ਹੂੰ ਹੂੰ ਵੀ ਫਿਰ ਉਸ ਕਰਕੇ ਉਹ ਚਿੱਠੀ ਲਿਖੀ ਗਈ ਉੱਥੇ ਇੱਕ ਦੋ ਲੀਡਰ ਹੋਰ ਸੀਗੇ ਅਖਾਲੀ ਦਲ ਦੇ ਉਹਨਾਂ ਨੇ ਨਾਲ ਬੈ ਕੇ ਚਿੱਠੀ ਲਿਖਾਈ ਕੋਈ ਯਾਦ ਕਰ ਸਕਦਾ ਕਿਹੜੇ ਲੀਡਰ ਸੀ ਉਹ ਸੀਗੇ ਇੱਕ ਤਾਂ ਬਲਵੰਤ ਸਿੰਘ ਰਾਮੂ ਵਾਲੀਆ ਸੀਗਾ ਇੱਕ ਹੋਰ ਲੀਡਰ ਸੀਗੇ ਓਕੇ ਤੇ ਹੁਣ ਕਿਸ ਚੀਜ਼ ਦੀ ਚਿੱਠੀ ਲਿਖੀ ਜਾ ਰਹੀ ਸੀ ਦੁਬਾਰਾ ਵੀ ਦੁਬਾਰਾ ਮਾਫੀਨਾਮਾ ਲਿਖੋ ਕਲੀਅਰ ਕਰੋ ਨਹੀਂ ਨਹੀਂ ਦੁਬਾਰਾ ਵੀ ਥੋੜਾ ਸੰਗਤ ਜਿਹੜਾ ਰੋ ਹੈਗਾ ਜਿਹੜਾ ਮੰਨ ਲਓ ਸੰਗਤਾਂ 'ਚ ਰੋ ਹੋਇਆ ਬਹੁਤ ਜ਼ਿਆਦਾ ਮਾਫੀਨਾਮੇ ਦਾ ਵੀ ਉਹਨੂੰ ਥੋੜਾ ਕੰਟਰੋਲ ਕਰਨ ਲਈ ਤੁਸੀਂ ਦੁਬਾਰਾ ਇੱਕ ਚਿੱਠੀ ਹੋਰ ਲਿਖ ਦਿਓ ਜਿਵੇਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆਂ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆਂ ਇਸ ਤਰ੍ਹਾਂ ਵੀ ਤਾਂ ਕਿ ਕਿਸੇ ਤਰੀਕੇ ਕੰਟਰੋਲ ਹੋ ਜੇ ਇਸਤੀ ਤੀ ਫਿਰ ਜਦੋਂ ਆਊਟ ਆਫ ਕੰਟਰੋਲ ਹੋ ਗਈ ਫਿਰ ਦੋ ਤਿੰਨ ਦਿਨ ਬਾਦੋਂ ਮਾਫੀਨਾਮਾ ਵਾਪਸ ਹੋ ਗਿਆ ਤੁਹ ਚਿੱਠੀ ਲਿਖੀ ਨਹੀਂ ਗਈ ਦੂਸਰੀ ਵਾਰ ਰਾਈਟ ਤੁਸੀਂ ਚਿੱਠੀ ਨਹੀਂ ਲਿਖੀ ਨਹੀਂ ਨਹੀਂ ਉਹ ਤਾਂ ਲਿਖਤੀ ਸੀ ਮੀਡੀਆ 'ਚ ਵੀ ਆ ਗਈ ਸੀ ਉਹ ਖੰਡਨ ਸੀਗਾ ਬਸ ਉਹ ਅੱਛਾ ਡੇਰੇ ਵੱਲੋਂ ਹਾਂਜੀ ਹਾਂਜੀ ਨਹੀਂ ਡੇਰੇ ਵੱਲੋਂ ਖੰਡਨ ਕੀ ਸੀਦਾ ਸੀਗਾ ਉਹ ਸੀਗਾ ਵੀ ਅਸੀਂ ਦੁਆਰ ਤੋਂ ਫਿਰ ਇਹ ਸੀਗਾ ਵੀ ਵੀ ਅਸੀਂ ਤਾਂ ਗੁਰੂ ਸਾਹਿਬ ਨੂੰ ਪੂਰਾ ਮੰਨਦੇ ਆ ਇਹ ਜਿਹੜੀ ਸਿੱਖ ਸੰਗਤ ਹੈ ਸਾਰੀ ਮੰਨ ਲਓ ਸੰ ਸੇਮ ਵਰਤੇ ਵੀ ਅਸੀਂ ਸਿੱਖਾਂ ਦੇ ਨਾਲ ਆ ਅਸੀਂ ਭਾਈ ਭਾਈ ਆ ਮਤਲਬ ਇਸ ਤਰੀਕੇ ਨਾਲ ਤਾਂ ਕਿ ਸਿੱਖਾਂ ਸਿੱਖਾਂ ਦਾ ਰੋਸ ਸਿੱਖਾਂ ਦਾ ਜਿਹੜਾ ਰੋਸ ਹੈਗਾ ਉਹ ਕੰਟਰੋਲ ਚ ਹੋ ਜੇ ਹੂੰ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮਾਮਲਾ ਫਿਰ ਨਿਬੜ ਗਿਆ ਦੁਬਾਰਾ ਤੁਹਾਡੀ ਕੋਈ ਮੁਲਾਕਾਤ ਹੋਈ ਹੋਵੇ ਕਿਸੇ ਲੈਵਲ ਤੇ ਉੱਤੇ ਫਿਰ ਕੋਈ ਪੋਲੀਟੀਕਲ ਆਪਤਾ ਡੇਰੇ ਦਾ ਤੇ ਕਿਸੇ ਹੋਰ ਅਕਾਲੀ ਦਲ ਦਾ ਅਕਾਲੀ ਦਲ ਦਾ ਫਿਰ ਉਹ ਚੱਲਦੇ ਦਲ ਦਾ ਫਿਰ ਚੱਲਦੇ ਰਿਹਾ 2017 ਦੇ ਵਿੱਚ ਖੁੱਲਾ ਸਮਰਥਨ ਦਿੱਤਾ ਤੁਹਾਨੂੰ ਪਤਾ ਹੀ ਹੈ ਸਤਾਰੰਥ ਫਿਰ ਸਮਰਥਨ ਕੀਤਾ ਖੁੱਲਾ ਤੇ ਉਹਦਾ ਕੀ ਉਹਦਾ ਅਸਰ ਤਾਂ ਚਲੋ ਖैर ਨਹੀਂ ਹੋਇਆ ਲੇਕਿਨ ਉਸ ਵਕਤ ਹੀ ਥੋੜੀਆਂ ਮੁਲਾਕਾਤਾਂ ਹੋਈਆਂ ਲੀਡਰਾਂ ਦੇ ਨਾਲ ਹੁੰਦੀਆਂ ਸੀ ਉਸ ਵਕਤ 2017 ਦੇ ਇਲੈਕਸ਼ਨ ਚ ਕੀ ਹੋਇਆ ਨਹੀਂ 2017 ਦੇ ਇਲੈਕਸ਼ਨਾਂ ਚ ਵੀ ਸੁਖਵੀਰ ਦੋ ਤਿੰਨ ਵਾਰ ਮਿਲ ਕੇ ਗਿਆ ਬਾਬੇ ਨੂੰ 17 ਚ ਵੀ ਇਹ ਇਲੈਕਸ਼ਨਾਂ ਤੋਂ ਪਹਿਲਾਂ ਜੀ ਇੱਕ ਵਾਰ ਤਾਂ ਜੈਪੁਰ ਮਿਲਿਆ ਜੈਪੁਰ ਡੇਰੇ ਉਥੇ ਜੈਪੁਰ ਸ਼ਹਿਰ ਤੋਂ ਬਾਹਰ ਨਾ ਡੇਰਾ ਹੈਗਾ ਬਾਬੇ ਦਾ ਉਥੇ ਹੂੰ 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 ਉਥੇ ਸੁਖਵੀਰ ਆਇਆ ਸਪੈਸ਼ਲ ਹਮਮ ਸਕੋ ਪਹਿਲਾਂ ਇਹ ਕੋਈ ਪਾਈਫਸਟਾਰ ਹੋਟਲ 'ਚ ਰੁਕਿਆ ਉਥੇ ਸਕਿਉਰਟੀ ਨੂੰ ਛੱਡ ਕੇ ਪਿਛਲੇ ਗੇਟ ਸਾਡੇ ਸਾਡੀ ਗੱਡੀ ਗਈ ਸੀ ਡੇਰੇ ਦੀ ਉਸ ਗੱਡੀ 'ਚ ਬਹਿ ਕੇ ਆਇਆ ਹਮ ਨਾਲ ਉਹੀ ਲੱਖੀ ਹੰਡਾਇ ਸੀਗਾ ਹਮ ਫਿਰ ਉੱਥੇ ਮਿਲ ਕੇ ਗਿਆ ਫਿਰ ਜੇ ਮੈਂ ਗਲਤ ਨਾ ਹੋਵਾਂ ਸਾਹਿਬ 4 ਫਰਵਰੀ ਦੀ ਇਲੈਕਸ਼ਨ ਸੀਗੀ 2017 ਦੇ ਵਿੱਚ ਹਮ ਤੁਹਾਨੂੰ ਯਾਦ ਹੋ ਵਰਤੇਜ ਜੀ ओके ਮੈਂ ਵੀ ਡੇਟ ਤਾਂ ਨਹੀਂ ਰਿਕਾਲ ਕਰ ਸਕਦਾ ਲੇਕਿਨ ਬਿਲਕੁਲ ਫਰਵਰੀ ਚੀ ਜੀ 4 ਫਰਵਰੀ 2017 ਦੀ ਸੀ ਉਹ ਡੇਟ ਹਮ ਤੇ 2 ਫਰਵਰੀ 2017 ਸ਼ਾਮ ਨੂੰ 9 ਵਜੇ 8 9 ਵਜੇ ਦੇ ਵਿਚਾਲੇ 9 ਵਜੇ ਦੇ ਕਰੀਬ ਸੁਖਵੀਰ ਬਾਦਲ ਫੇਰ ਬਾਬੇ ਦੀ ਕੋਠੀ ਆਂਦਾ ਜੀ ਗ੍ਰੇਟਰ ਕਲਾਸ ਤੇ ਜਿਹੜੀ ਕੋਠੀ ਹੈ ਬਾਬੇ ਦੀ ਦਿੱਲੀ ਦਿੱਲੀ ਜੀਕੇ 2 ਚ ਗ੍ਰੇਟਰ ਕਲਾਸ 2 ਚ ਬਾਬੇ ਜੀ ਕੋਠੀ ਹੈਗੀ ਸੁਖਵੀਰ ਬਾਦਲ 2 ਫਰਵਰੀ ਨੂੰ ਦਿੱਲੀ ਆਬਦੇ ਰੈ residense ਤੋਂ ਓਡੀ ਗੱਡੀ 'ਚ ਬੈਠ ਕੇ ਵਾਈਟ ਕਲਰ ਦੀ ਗੱਡੀ ਸੀ ਓਡੀ ਲੱਖ ਹੰਡਾਇਆ ਲੱਖੀ ਹੰਡਾਇਆ ਚਲਾ ਰਿਆ ਸੀ ਲੱਖੀ ਤੇ ਵਿੱਚ ਸਾਡੇ ਇੱਕ ਦੋ ਬੰਦੇ ਸੀਗੇ ਉਹ ਇਹਨੂੰ ਲੈ ਕੇ 2 ਤਰੀਕ ਨੂੰ ਰਾਤ ਨੂੰ 9 ਵਜੇ ਫੇਰ ਆਏ ਉੱਥੇ ਮਿਲ ਕੇ ਗਏ 1 ਘੰਟਾ ਮੀਟਿੰਗ ਹੋਈ ਹੂੰ ਇਹ ਤਾਂ ਉਹ ਰਿਪੋਰਟ ਵੈਸੇ ਵੀ ਡਿਪਟੀ ਸੀਐਮ ਸੀਗੇ ਪਤਾ ਹੀ ਲੱਗ ਜਾਂਦਾ ਵੀ ਦਿੱਲੀ ਹੈਗੇ ਕਿ ਨਹੀਂ ਉਹ ਦੋ ਤਰੀਕ ਨੂੰ ਹੂੰ ਹੂੰ ਤੇ 19 ਦੇ ਵਿੱਚ ਕੀ ਹੋਇਆ 19 ਚ ਵੀ ਜਿਵੇਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਖੁਦ ਆਈ ਥਿੰਕ ਮੈਂਬਰ ਪਾਰਲੀਮੈਂਟ ਵੀ ਬਣੇ ਸੁਖਵੀਰ ਬਾਦਲ ਉਸ ਵਕਤ ਵੀ ਤੁਸੀਂ ਮੁਖੀ ਸੀਗੇ ਡੇਰੇ ਦੇ ਪੋਲੀਟੀਕਲ ਵਿੰਗ ਦਾ ਦੇਖ ਰਹੇ ਸੀ ਕੰਮਕਾਜ 2019 ਦੀ ਕੀ ਪੋਜੀਸ਼ਨ ਸੀ 2019 ਚ ਵੀ ਕੋਈ ਹੈਲਪਫੁਲ ਪੁਈ ਨਹੀਂ 19 ਚ ਬੀਬਾ ਦੀ ਵੀ ਕਰੀ ਐ ਸੁਖਵੀਰ ਦੀ ਵੀ ਕਰੀ ਸੀ ਓਕੇ ਬਿਬਾਜੀ ਦੀ ਵੀ ਕਰੀ ਸੀ ਤੇ ਸੁਖਵੀਰ ਬਾਦਲ ਦੀ ਵੀ ਕਰੀ ਸੀ 19 ਚ ਵੀ ਤਾਂ ਤੁਸੀਂ ਉਸ ਵਕਤ ਡੇਰੇ ਸੱਚੇ ਸੌਦੇ ਦੇ ਪੋਲੀਟੀਕਲ ਵਿੰਗ ਦੇ ਹੈੱਡ ਸੀ 19 ਚ ਬਿਲਕੁਲ 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 ਜੀ ਬੀਇੰਗ ਦਾ ਹੈੱਡ ਤੁਹਾਨੂੰ ਪਤਾ ਸੀ ਸਾਰਾ ਤੇ ਕੋਆਰਡੀਨੇਟ ਕੌਣ ਕਰਦਾ ਸੀ 2019 17 ਚ ਤੁਸੀਂ ਤੇ ਹਰਸਤੂਰੀ ਹੀ ਸਿੰਗਲ ਪੁਆਇੰਟ ਮੈਨ ਹਰਸਤੂਰੀ ਸੀ ਹਰਸਤੂਰੀ ਹਰਸਤੂਰੀ ਕਿਉਂਕਿ ਮੈਂ ਬੇਸਿਕਲੀ ਦਿੱਲੀ ਜ਼ਿਆਦਾ ਦੇਖਦਾ ਸੀ ਮੈਂ ਸੈਂਟਰ ਦਾ ਦੇਖਦਾ ਸੀ ਦਿੱਲੀ ਇਹ ਹਰ ਸੂਬੇ ਮੇਨਲੀ ਪੰਜਾਬ ਦਾ ਦੇਖਦਾ ਸੀ। ਥੋੜਾ ਰੱਬ ਤਾਂ ਭਾਜਪੀ ਕਲਾਸ਼ ਵਿਜੇ ਵਰਗੀਆਂ ਜਾਂ ਭਾਜਪੀ ਦੀ ਹੋਰ ਲੀਡਰਸ਼ਿਪ ਨਾਲ ਰਿਹਾ ਹੋਵੇਗਾ ਰਾਈਟ ਇਫ ਆਮ ਨਾਟ ਰੌਂਗ ਨਹੀਂ ਚਲੋ ਇਹ ਤਾਂ ਚੱਲਦਾ ਹੀ ਹੈ ਜੀ ਜਦੋਂ ਪੋਲਿਟੀਕਲ ਬੰਦੇ ਕਾਂਗਰਸ ਵਾਲਾ ਨਾਲ ਵੀ ਕਈਆਂ ਨਾਲ ਹੈਗਾ ਕੋਈ ਭਾਜਪੀ ਵਾਲਾ ਨਾਲ ਵੀ ਕਈਆਂ ਨਾਲ ਹੈਗਾ ਅਕਾਲੀ ਦਲ ਨੇ ਲੋ ਜੋ ਵੀ ਪਾਰਟੀਆਂ ਹੈਗੀ ਉਹਨਾਂ ਨਾਲ ਜੇ ਕੋ ਰਸਤਾ ਕਰ ਰਹੇ ਨੇ ਦਈਏ ਜਦੋਂ ਬੰਦਾ ਕਿਸ ਫੀਲਡ ਚ ਹੋਵੇ